ਪਾਈ ਬਲਵੰਤ ਸਿੰਘ ਰਾਜਵਾਨਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਮਾਮਲੇ ਸੰਬੰਧੀ ਸ੍ਰੀ ਕਲਕੱਤ ਸाहिब ਦੇ ਵੱਲੋਂ ਬਣਾਈ ਗਈ ਕਮੇਟੀ ਉੱਤੇ ਇੱਕ ਵਾਰ ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਆਪਣਾ ਬਿਆਨ ਦਿੱਤਾ ਹੈ ਉਹਨਾਂ ਸੁਝਾਅ ਦਿੰਦਿਆਂ ਕਿਹਾ ਕਿ ਜੇਕਰ ਕਮੇਟੀ ਦੇ ਵਿੱਚ ਸਿਆਸੀ ਲੀਡਰ ਹੀ ਸ਼ਾਮਿਲ ਕਰਨੇ ਹਨ ਤਾਂ ਪੰਜਾਬ ਦੇ ਹੱਕਾਂ ਲਈ ਖੜਨ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਇੱਕ ਬਰਾਬਰ ਥਾਂ ਦਿੱਤੀ ਜਾਣੀ ਚਾਹੀਦੀ ਹੈ ਨਾਲ ਹੀ ਕਾਲਕਾ ਨੇ ਕਮੇਟੀ ਦੇ ਵਿੱਚ ਸਾਰੇ ਤਖਤਾਂ ਦੀ ਵੀ ਸ਼ਮੂਲਿਤ ਹੋਣ ਦੀ ਮੰਗ ਕੀਤੀ ਹੈ ਸ਼ੀਰੇ ਕਾਲਤਖ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਔਰ ਬਾਕੀ ਸਿੰਘ ਸਾਹਿਬਾਨ ਜਿਨ੍ਹਾਂ ਨੇ ਮੀਟਿੰਗ ਦੇ ਵਿੱਚ ਫੈਸਲਾ ਲੈ ਕੇ ਇੱਕ ਪੰਜ ਪ੍ਰੈਮਰੀ ਕਮੇਟੀ ਦਾ ਗਠਨ ਕੀਤਾ ਔਰ ਭਾਈ ਬਲਵੰਤ ਸਿੰਘ ਰਾਜਵਾਨਾ ਔਰ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਇਹ ਮੀਟਿੰਗ ਸੱਦੀ ਗਈ ਸੀ ਇਹ ਕਮੇਟੀ ਜਿਹੜੀ ਬਣਾਈ ਗਈ ਜੀ ਦੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਦਾ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੀ ਗਈ ਮੈਂ ਜਥੇਦਾਰ ਜੀ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਇਸ ਕਮੇਟੀ ਦੇ ਵਿੱਚ ਰਾਜਨੀਤਿਕ ਲੋਕਾਂ ਨੂੰ ਦੂਰ ਰੱਖਿਆ ਜਾਵੇ ਔਰ ਮੈਂ ਸਮਝਦਾ ਕਿ ਇਸ ਕਮੇਟੀ ਦੇ ਵਿੱਚ ਸ਼੍ਰੀ ਪਟਨਾ ਸਾਹਿਬ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਦੇ ਜਥੇਦਾਰ ਸਾਹਿਬ ਨੂੰ ਵਿੱਚ ਪਾਇਆ ਜਾਵੇ ਇਨਾਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਵਿੱਚ ਜ਼ਰੂਰ ਵਿੱਚੇ ਲਿਆ ਜਾਏ ਤਾਂਕਿ ਸਾਰੇ ਤਕਤਾਂ ਦੀ ਉਹਦੀ ਸ਼ਮੂਲੀਅਤ ਹੋ ਸਕੇ ਔਰ ਇੱਕ ਵੱਡਾ ਸੰਦੇਸ਼ ਅਸੀਂ ਦੇ ਸਕੀਏ ਜੇ ਰਾਜਨੀਤਿਕ ਲੋਕਾਂ ਨੂੰ ਉਹਦੇ ਵਿੱਚ ਪਾਉਣਾ ਹੈ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ ਉਹਨਾਂ ਨੂੰ ਵਿੱਚ ਜ਼ਰੂਰ ਪਾਇਆ ਜਾਏ ਤਾਂਕਿ ਇਹ ਕੋਈ ਸੰਦੇਸ਼ ਅਸੀਂ ਨਾ ਦੇ ਸਕੀਏ ਕਿ ਅਸੀਂ ਇੱਕ ਰਾਜਨੀਤਿਕ ਪਾਰਟੀ ਨੂੰ ਫਾਇਦਾ ਦੇਣ ਵਸੇ ਇੱਕ ਕਮੇਟੀ ਸੱਦੀ ਹੈ ਨਾਲ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਇਹ ਪੱਤਰ ਰਹੀ ਵੀ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕੱਲ ਇੱਕ ਮੀਟਿੰਗ ਸੱਦ ਕੇ ਫੈਡਰੇਸ਼ਨਾਂ ਦੇ ਪ੍ਰਧਾਨ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਹਿਦਾਇਤ ਦਿੱਤੀ ਹੈ ਕਿ 20 ਤਰੀਕ ਆਉਣ ਵਾਲੀ ਨੂੰ ਅਸੀਂ ਦਿੱਲੀ ਦੇ ਵਿੱਚ ਧਰਨਾ ਦੇਣਾ ਹੈ ਜਥੇਦਾਰ ਸਾਹਿਬ ਜੀ ਆਪ ਜੀ ਦੇ ਸੰਗਿਆਨ ਚ ਵੀ ਲਿਆਣਾ ਚਾਹੁੰਦਾ ਕਿ ਜਿੱਥੇ ਸਰਕਾਰਾਂ ਦੇ ਨਾਲ ਡਾਇਲੌਗਸ ਦੀ ਗੱਲ ਚੱਲ ਰਹੀ ਹੋਵੇ ਸੰਵਾਦ ਦੀ ਗੱਲ ਚੱਲ ਰਹੀ ਹੋਵੇ ਉੱਥੇ ਆਪਾਂ ਧਰਨਿਆਂ ਦੀਆਂ ਦੇ ਰੂਪ ਵੀ ਦਵਾਂਗੇ ਤੇ ਮੈਂ ਸਮਝਦਾ ਕਿ ਕਿਦਰੇ ਨਾ ਕਿਦਰੇ ਇਹਦੇ ਵਿੱਚ ਨੁਕਸਾਨ ਹੋਏਗਾ ਸੋ ਇਹ ਆਪ ਜੀ ਨੇ ਫੈਸਲਾ ਲੈਣਾ ਹੈ ਕਿ ਅਸੀਂ ਪਹਿਲੇ ਧਰਨਿਆਂ ਵਾਲੇ ਪਾਸੇ ਚਰਨਾ ਹੈ ਜਾਂ ਆਪਾਂ ਸਰਕਾਰਾਂ ਦੇ ਨਾਲ ਬੈਠ ਕੇ ਗੱਲਬਾਤ ਕਰਕੇ ਇਸ ਮਸਲੇ ਨੂੰ ਹੱਲ ਕਰਾਉਣਾ ਹੈ ਕਿਉਂਕਿ ਇਹ ਬਹੁਤ ਪੁਰਾਣਾ ਔਰ ਲੰਮਾ ਮਸਲਾ ਹੋ ਚੁੱਕਾ ਹੈ ਜਿਹੜਾ ਰਾਜਨੀਤੀ ਦੀ ਭੇਟ ਚੜਦਾ ਆਇਆ ਆਪਾਂ ਅੱਜ ਸਾਰੇ ਇਕਜੁੱਟ ਹੋ ਕੇ ਕੰਮ ਕਰੀਏ ਤੇ ਤਾਂ ਕਿ ਅਸੀਂ ਆਪਣੇ ਭਰਾਵਾਂ ਨੂੰ ਘਰ ਵਾਪਸ ਲਿਆ ਸਕੀਏ ਇਹ ਮਕਸਦ ਨਾਲ ਤੁਸੀਂ ਜਿਹੜੀ ਕਮੇਟੀ ਬਣਾਈ ਆ ਉਹਦੇ ਵਿੱਚ ਇਹ ਅਮੈਂਡਮੈਂਟ ਜ਼ਰੂਰ ਕੀਤੀ ਜਾਵੇ ਕਿ ਸਾਰੇ ਤਖਤਾਂ ਦੀ ਇਹਦੇ ਵਿੱਚ ਰਿਪਰੈਜ਼ੈਂਟੇਸ਼ਨ ਜ਼ਰੂਰ ਹੋਵੇ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਹੋਇਆ ਸ਼ਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ